Hello students, I am GDS Soni, Director of Engineers Career Group. We are providing the coaching for ESC, GATE, SSC, JEE and State AEJEE exam since 2009. ਅੱਜ ਜਿਹੜਾ ਮੇਰਾ ਵੀਡੀਓ ਟੌਪਿਕ ਹੈਗਾ ਉਹ ਹੈਗਾ PSSB JEE ਨੇ ਇੱਕ ਆਫੀਸ਼ੀਅਲ ਨੋਟੀਫਿਕੇਸ਼ਨ ਰਿਲੀਜ਼ ਕਰਤਾ ਹੈਗਾ ਜਿਸ ਚ ਵਾਟਰ ਸਪਲਾਈ ਡਿਪਾਰਟਮੈਂਟ ਦੀ 70 ਵੈਕੈਂਸੀਆਂ ਆਈਆਂ ਹੈਗੀਆਂ ਨੇ। ਜਿਹੜੀ 70 ਵੈਕੈਂਸੀਜ਼ ਨੇ ਇਹਦੇ ਵਿੱਚ ਸਿਵਲ ਦੇ ਬੱਚੇ, ਮਕੈਨੀਕਲ ਦੇ ਬੱਚੇ, ਇਲੈਕਟ੍ਰੀਕਲ ਦੇ ਬੱਚੇ ਤਿੰਨਾਂ ਨੂੰ ਐਲੀਜੀਬਲ ਕੀਤਾ ਗਿਆ ਹੈਗਾ। ਸੋ ਇਹ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਸਾਰੇ ਬੱਚਿਆਂ ਦੇ ਮਨ ਵਿੱਚ ਡਾਊਟ ਪੈਦਾ ਹੋ ਗਿਆ ਹੈਗਾ ਕਿ ਇਹ ਜਿਹੜਾ ਐਗਜ਼ਾਮ ਹੈਗਾ ਵਾਟਰ ਸਪਲਾਈ ਡਿਪਾਰਟਮੈਂਟ ਦਾ, ਇਹ ਕੰਬਾਈਂਡ ਐਗਜ਼ਾਮ ਹੋਏਗਾ ਤਿੰਨਾਂ ਸਟ੍ਰੀਮਸ ਦਾ, ਜਾਂ ਇਹਨਾਂ ਦਾ ਸਿਲੇਬਸ ਕੰਬਾਈਨ ਹੋਏਗਾ, ਜਾਂ ਇਹ ਬਾਇਫਰੀਕੇਟ ਕਰਨਗੇ ਵੈਕੈਂਸੀ ਜਿਹੜੀਆਂ ਹੈਗੀਆਂ ਨੇ। ਸੋ ਇਹਦੀ ਪੂਰੀ ਡਿਟੇਲ ਜਾਣਕਾਰੀ ਜਿਹੜੀ ਹੈ ਮੈਂ ਇਸ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸੋ ਅਗਰ ਤੁਹਾਡੇ ਮਨ 'ਚ ਵੀ ਇਹ ਡਾਊਟ ਹੈਗਾ ਔਰ ਤੁਸੀਂ PSSB JEE ਦੇ ਥਰੂ ਡ੍ਰੀਮ ਦੇਖ ਰਹੇ ਹੈਗੇ ਹੋ ਜੂਨੀਅਰ ਇੰਜੀਨੀਅਰ ਬਣਨ ਦਾ, ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ, ਨਾਲ ਦੇ ਨਾਲ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ, ਸੋ ਦੈਟ ਤੁਹਾਡੇ ਨਾਲ ਨਾਲ ਤੁਹਾਡੇ ਫਰੈਂਡਸ ਵੀ ਜੋ ਹੈ ਇਸ ਜਿਹੜਾ ਡਾਊਟ ਹੈਗਾ ਉਹਨਾਂ ਦਾ ਕਲੀਅਰ ਹੋ ਸਕੇ। ਸੋ ਜ਼ਰਾ ਦੇਰ ਨਾ ਕਰਦੇ ਹੋਏ ਅੱਗੇ ਵਧਦੇ ਹੈਗੇ ਆ ਔਰ ਜਾਣਕਾਰੀ ਲੈਂਦੇ ਹੈਗੇ ਆ ਕਿ ਜਿਹੜੀ PSSB JEE ਦੀ ਆਫੀਸ਼ੀਅਲ ਨੋਟੀਫਿਕੇਸ਼ਨ ਹੋਈ ਆਈ ਹੈਗੀ ਹੈ ਉਹਦੇ ਹਿਸਾਬ ਨਾਲ ਵਾਟਰ ਸਪਲਾਈ ਡਿਪਾਰਟਮੈਂਟ ਵਿੱਚ 70 ਵੈਕੈਂਸੀਜ਼ ਨੇ, ਉਹਦੇ ਵਿੱਚ ਸਿਵਲ, ਮਕੈਨੀਕਲ, ਇਲੈਕਟ੍ਰੀਕਲ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਸਿਲੇਬਸ ਔਰ ਉਹਨਾਂ ਦਾ ਐਗਜ਼ਾਮ ਪੈਟਰਨ ਕੀ ਰਹਿਣ ਵਾਲਾ ਹੈਗਾ। ਸੋ ਸਭ ਨਾਲ ਪਹਿਲਾਂ ਐਗਜ਼ਾਮ ਪੈਟਰਨ ਦੀ ਗੱਲ ਕਰਾਂ ਤਾਂ 80+40 ਦਾ ਪੈਟਰਨ ਰਹੇਗਾ। 80 ਜਿਹੜੇ ਹੈ ਤਾਂ ਟੈਕਨੀਕਲ ਐਗਜ਼ਾਮ ਜਿਹੜਾ ਪੇਪਰ ਰਹੇਗਾ ਔਰ ਜਿਹੜੇ 40 ਕੁਐਸਚਨਸ ਨੇ ਔਰ ਉਹਦੇ ਪੰਜਾਬੀ GK ਦੇ ਚ ਆਉਂਦੀ ਹੈਗੀ ਹੈ, ਕੰਪਿਊਟਰ ਟੌਪਿਕ ਵਿੱਚ ਰਹਿਣਗੇ, ਇੰਗਲਿਸ਼ ਟੌਪਿਕ ਰਹਿਣਗੇ ਐਂਡ ਰੀਜਨਿੰਗ ਐਂਡ ਕੁਆਂਟ ਦੇ ਟੌਪਿਕ ਦੇ ਵਿੱਚ ਰਹਿੰਦੇ ਹੈਗੇ ਆ। ਸੋ ਜਿਹੜੀ ਗੱਲ ਹੁਣ ਇੰਪੋਰਟੈਂਟ ਹੈਗੀ ਹੈ ਕਿ ਇਹ ਐਗਜ਼ਾਮ ਹੁਣ ਸਾਰਿਆਂ ਦਾ ਇਕੱਠਾ ਹੋਏਗਾ, ਜਿਹੜੇ 80 ਨੰਬਰ ਦਾ ਪੇਪਰ ਹੋਏਗਾ, ਕਿਆ ਉਹ ਸਿਵਲ, ਇਲੈਕਟ੍ਰੀਕਲ, ਮਕੈਨੀਕਲ ਦਾ ਕੰਬਾਈਂਡ ਸਿਲੇਬਸ ਹੋਏਗਾ ਉਸ ਸਿਲੇਬਸ ਵਿੱਚ, ਜਾਂ ਸਭ ਦਾ ਸਿਲੇਬਸ ਅਲੱਗ ਅਲੱਗ ਹੋਏਗਾ। ਤਾਂ ਬੱਚੋ ਮੈਂ ਐਜ਼ ਪਰ ਮਾਈ ਸੋਰਸਿਸ ਮੈਂ ਦੀ ਗੱਲ ਕਰੀ ਸੀਗੀ, ਮੈਂ ਡਿਪਾਰਟਮੈਂਟ ਵਿੱਚ ਪਤਾ ਕਰਿਆ ਹੈਗਾ ਤਾਂ ਉਸ ਡਿਪਾਰਟਮੈਂਟ ਦੇ ਹਿਸਾਬ ਨਾਲ ਇਹ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਇਹਦੇ ਵਿੱਚ ਤੁਹਾਡੀਆਂ ਵੈਕੈਂਸੀਆਂ ਬਾਇਫਰੀਕੇਟ ਕਰੀਆਂ ਜਾਣਗੀਆਂ, ਜਿਹਦੇ ਵਿੱਚ ਕਿਹਾ ਰਹੇਗਾ ਕਿ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਮਕੈਨੀਕਲ, ਸਿਵਲ, ਇਲੈਕਟ੍ਰੀਕਲ ਦਾ ਅਲੱਗ ਅਲੱਗ ਹੋਏਗਾ। ਔਰ ਇਹਦੇ ਵਿੱਚ ਜਿਹੜੀ ਵੈਕੈਂਸੀਆਂ ਹੈਗੀਆਂ ਨੇ ਅਰਾਊਂਡ 50-53 ਵੈਕੈਂਸੀ ਜਿਹੜੀਆਂ ਹੈਗੀਆਂ ਨੇ ਉਹ ਸਿਵਲ ਇੰਜੀਨੀਅਰਿੰਗ ਦੀਆਂ ਹੈਗੀਆਂ, 6-7 ਵੈਕੈਂਸੀ ਜਿਹੜੀਆਂ ਹੈਗੀਆਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀਆਂ ਹੈਗੀਆਂ ਨੇ ਔਰ 10-12 ਵੈਕੈਂਸੀ ਜਿਹੜੀਆਂ ਹੈਗੀਆਂ ਉਹ ਮਕੈਨੀਕਲ ਇੰਜੀਨੀਅਰਿੰਗ ਦੇ ਸਟੂਡੈਂਟਸ ਵਿੱਚ ਰਹਿਣਗੀਆਂ। ਠੀਕ ਹੈ, ਤਾਂ ਸੋ ਜਿਹੜੇ ਵੀ ਬੱਚੇ ਮਕੈਨੀਕਲ ਦੇ ਨੇ, ਸਿਵਲ ਦੇ ਨੇ, ਇਲੈਕਟ੍ਰੀਕਲ ਦੇ ਨੇ, ਤੁਸੀਂ ਆਪਣੀ ਪ੍ਰਿਪਰੇਸ਼ਨ ਜਿਹੜੀ ਹੈ ਉਹ ਕੰਟੀਨਿਊ ਰੱਖੋ, ਸਿਲੇਬਸ ਤੁਹਾਡੇ ਹੀ ਬ੍ਰਾਂਚ ਦਾ ਹੀ ਆਉਣਾ ਹੈਗਾ। ਸਾਰਿਆਂ ਨਾਲ ਇੰਪੋਰਟੈਂਟ ਗੱਲ ਕੀ ਹੈਗੀ ਹੈ ਕਿ ਹੁਣ PSSB ਨੇ ਸਿਲੇਬਸ ਉਦੋਂ ਅਨਾਊਂਸ ਕਰਨਾ ਹੈਗਾ ਜਸਟ ਐਗਜ਼ਾਮ ਦੇ 20-25 ਦਿਨ ਤੋਂ ਪਹਿਲਾਂ। ਸੋ ਐਗਜ਼ਾਮ ਦੇ 20-25 ਦਿਨ ਪਹਿਲਾਂ ਅਗਰ ਤੁਸੀਂ ਇਹ ਸੋਚੋ ਕਿ ਹੁਣ ਸਿਲੇਬਸ ਜਦ ਤੱਕ ਡਿਫਾਈਨ ਨਹੀਂ ਹੁੰਦਾ ਉਦੋਂ ਤੱਕ ਆਪਾਂ ਤਿਆਰੀ ਆਪਣੀ ਸ਼ੁਰੂ ਨਹੀਂ ਕਰਾਂਗੇ ਤਾਂ ਇਹ ਤੁਹਾਡੀ ਬਹੁਤ ਵੱਡੀ ਮਿਸਟੇਕ ਹੋਏਗੀ। ਬਿਕੋਜ਼ ਲਾਸਟ ਵਿੱਚ ਕਿਆ ਹੋਣਾ ਹੈ, ਜਦੋਂ ਸਿਲੇਬਸ ਅਨਾਊਂਸ ਹੋਏਗਾ ਔਰ ਤਿੰਨੋਂ ਬ੍ਰਾਂਚ ਦਾ ਅਲੱਗ ਅਲੱਗ ਸੈਪਰੇਟ ਸਿਲੇਬਸ ਅਨਾਊਂਸ ਹੋ ਜਾਏਗਾ ਤਾਂ ਉਹਦੇ ਲਈ ਉਸ ਟਾਈਮ ਤੁਹਾਡੇ ਲਈ ਜਿਹੜਾ ਹੈਗਾ ਸਿਲੇਬਸ ਨੂੰ ਪ੍ਰਿਪੇਅਰ ਕਰਨਾ, ਤਿਆਰੀ ਕਰਨਾ ਬਹੁਤ ਮੁਸ਼ਕਿਲ ਹੋ ਜਾਏਗੀ। ਸੋ ਅਗਰ ਤੁਸੀਂ ਜਿਹੜਾ PSSB JEE ਦਾ ਐਗਜ਼ਾਮ ਕੁਆਲੀਫਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਤੋਂ ਹੀ ਆਪਣੀ ਪੜ੍ਹਾਈ ਜਿਹੜੀ ਹੈਗੀ, ਆਪਣੀ ਜਿਹੜੀ ਪ੍ਰਿਪਰੇਸ਼ਨ ਨੂੰ ਸਟਾਰਟ ਕਰ ਦਿਓ, ਸੋ ਦੈਟ ਤੁਹਾਡਾ ਕੱਲ ਜਿਹੜਾ ਆਉਣ ਵਾਲਾ ਹੈਗਾ ਉਹ ਤੁਹਾਡਾ ਉਹ ਸਿਲੈਕਸ਼ਨ ਹੋ ਸਕੇ। ਮੈਂ ਬਾਰ-ਬਾਰ ਸਾਰੇ ਬੱਚਿਆਂ ਨੂੰ ਇਹ ਗੱਲ ਸਮਝਾਉਣਾ ਹੈਗਾ, ਅਗਰ ਤੁਸੀਂ ਕੱਲ ਸਿਲੈਕਟ ਹੋਣਾ ਹੈਗਾ ਤਾਂ ਤੁਹਾਨੂੰ ਅੱਜ ਪੜ੍ਹਨਾ ਪਏਗਾ, ਜੇ ਤੁਸੀਂ ਕੱਲ ਪੜ੍ਹਨਾ ਸ਼ੁਰੂ ਕਰੋਗੇ ਤੁਹਾਡਾ ਸਿਲੈਕਸ਼ਨ ਪਰਸੋਂ ਹੋਏਗਾ। ਸੋ ਕਿਸੇ ਦਾ ਵੀ ਸਿਲੈਕਸ਼ਨ ਅੱਜ ਪੜ੍ਹ ਕੇ ਅੱਜ ਨਹੀਂ ਹੋਏਗਾ, ਕੱਲ ਪੜ੍ਹ ਕੇ ਕੱਲ 'ਚ ਨਹੀਂ ਹੋਏਗਾ। ਸੋ ਇੱਕ ਦਿਨ ਪਹਿਲਾਂ ਤੁਹਾਨੂੰ ਪੜ੍ਹਨਾ ਸ਼ੁਰੂ ਕਰਨਾ ਪਏਗਾ ਅਗਰ ਤੁਸੀਂ ਸਿਲੈਕਸ਼ਨ ਲੈਣਾ ਹੈਗਾ। ਸੋ ਮੇਰੀ ਇਹ ਗੱਲ ਨੂੰ ਮੰਨਿਆ ਕਰੋ, ਮੈਂ ਬਹੁਤ ਐਕਸਪੀਰੀਅੰਸ ਵੇ ਨਾਲ ਤੁਹਾਨੂੰ ਇਹ ਗੱਲਾਂ ਸਮਝਾਉਣਾ ਹੈਗਾ। ਬਹੁਤ ਸਾਰੇ ਬੱਚੇ ਮੇਰੀ ਵੀਡੀਓਜ਼ ਨੂੰ ਫੋਲੋ ਕਰਕੇ ਗੱਲਾਂ ਮੰਨ ਕੇ ਪ੍ਰੈਪਰੇਸ਼ਨ ਸਟਾਰਟ ਕਰਦੇ ਨੇ ਔਰ ਇਸ ਵਾਰ ਵੀ ਜੋ ਬਹੁਤ ਸਾਰੇ ਬੱਚੇ ਮੇਰੀ ਗੱਲ ਮੰਨ ਕੇ PSSB JEE ਦੇ ਐਗਜ਼ਾਮ ਜਿਹੜੇ ਮੈਂ ਪ੍ਰੈਡਿਕਟ ਕੀਤੇ ਸੀਗੇ, ਜਿਹੜੇ ਸਾਨੂੰ ਮੈਂ ਦੱਸਿਆ ਸੀਗਾ ਉਹਦੇ ਅਕੋਰਡਿੰਗ ਤਿਆਰੀ ਕਰ ਰਹੇ ਸੀਗੇ, ਉਹ ਸਾਰੇ ਬੱਚੇ ਜਿਹੜੇ ਹੈਗੇ ਆ ਅੱਜ ਮੈਰਿਟ ਲਿਸਟ ਵਿੱਚ ਉਹਨਾਂ ਦਾ ਨਾਮ ਹੈਗਾ। ਚਾਹੇ ਕਟ ਆਫ PSSB ਦੀ ਜਿਹੀ ਦੀ ਬਹੁਤ ਜ਼ਿਆਦਾ ਗਈ ਹੈਗੀ ਹੈ, ਫਿਰ ਵੀ ਬਹੁਤ ਸਾਰੇ ਬੱਚੇ ਹੈਗੇ ਨੇ ਜਿਹੜੇ ਮੈਨੂੰ ਫੋਲੋ ਕਰ ਰਹੇ ਸੀਗੇ, ਜਿਨ੍ਹਾਂ ਦੇ 85 ਤੋਂ ਅਬਵ ਸਿਵਲ ਵਿੱਚ ਮਾਰਕਸ ਹੈਗੇ ਨੇ, ਇਲੈਕਟ੍ਰੀਕਲ ਵਿੱਚ ਜਿਨ੍ਹਾਂ ਦੇ 70+ ਮਾਰਕਸ ਹੈਗੇ ਨੇ। ਸੋ
ਜਿਹੜੀ ਬੱਚੇ ਤੁਹਾਨੂੰ ਮੈਂ ਗੱਲ ਸ਼ੇਅਰ ਕਰਦਾ ਹੈਗਾ ਆਪਣੇ ਐਕਸਪੀਰੀਅੰਸ ਨਾਲ ਸ਼ੇਅਰ ਕਰਦਾ, ਮੇਰਾ ਐਕਸਪੀਰੀਅੰਸ ਸਟੂਡੈਂਟ ਦੀ ਸਿਲੈਕਸ਼ਨ ਦੇ ਨਾਲ ਜੁੜਿਆ ਹੋਇਆ। ਸੋ ਬਹੁਤ ਸਾਰੇ ਸਟੂਡੈਂਟਸ ਪਿਛਲੇ 15 ਸਾਲਾਂ ਤੋਂ ਮੇਰੇ ਤੋਂ ਪੜ੍ਹ ਕੇ ਗਏ ਨੇ ਜਾਂ ਡਿਫਰੈਂਟ ਡਿਫਰੈਂਟ ਐਗਜ਼ਾਮ ਵੀ ਸਿਲੈਕਟ ਥਰੂ ਸਿਲੈਕਟ ਹੋਏ ਨੇ, ਸੋ ਉਸੇ ਹਿਸਾਬ ਨਾਲ ਤੁਹਾਨੂੰ ਮੈਂ ਗਾਈਡ ਕਰਦਾ ਹੈਗਾ। ਸੋ ਅਗਰ ਤੁਸੀਂ ਵੀ ਹੁਣ ਲਾਸਟ ਟਾਈਮ ਇਹ ਸੋਚ ਰਹੇ ਸੀਗੇ ਕਿ ਮੇਰਾ ਅਗਲੀ ਵੈਕੈਂਸੀ ਹੁਣ ਆਏਗੀ ਤਾਂ ਮੈਂ ਬਿਲਕੁਲ ਨਹੀਂ ਛੱਡਣੀ ਹੈਗੀ, ਮੈਂ ਅਗਲੀ ਵਾਰ ਜੋਬ ਲੈ ਕੇ ਰਹਿਣੀ ਹੈਗੀ ਹੈ, ਤਾਂ ਉਹ ਅਗਲੀ ਵੈਕੈਂਸੀ ਟੋਟਲੀ ਹੁਣ ਆ ਚੁੱਕੀ ਹੋਈ ਹੈ। ਜਿਹੜੇ ਬੱਚੇ ਮਕੈਨੀਕਲ ਦੇ ਹੈਗੇ ਨੇ ਪਿਛਲੇ 2 ਸਾਲ ਤੋਂ ਉਹਨੂੰ ਮੈਸੇਜ ਐਂਡ ਕਾਲ ਕਰ ਰਹੇ ਸੀਗੇ, ਸਰ ਇੱਕ ਵਾਰ ਵੈਕੈਂਸੀ ਆ ਜਾਣ, ਚਾਹੇ 2 ਜਾਂ 4 ਵੈਕੈਂਸੀਆਂ ਆ ਜਾਣ, ਆਪਾਂ ਇਹ ਪੇਪਰ ਜਿਹੜਾ ਕੱਢ ਕੇ ਰਹਿਣਾ ਹੈਗਾ, ਤਾਂ ਹੁਣ ਤੁਹਾਡੇ ਲਈ 2-4 ਤੋਂ ਜ਼ਿਆਦਾ ਵੈਕੈਂਸੀ ਵਰ ਕੇ 10-12 ਵੈਕੈਂਸੀ ਆ ਚੁੱਕੀਆਂ ਨੇ। ਸੋ ਇਹ ਪੇਪਰ ਕੱਢਣਾ ਹੁਣ ਤੁਹਾਡੀ ਰਿਸਪੋਂਸੀਬਿਲਿਟੀ ਹੈਗੀ ਹੈ, ਉਹਦੇ ਲਈ ਪੜ੍ਹਨਾ, ਉਹਦੇ ਲਈ ਤਿਆਰੀ ਕਰਨਾ ਅੱਜ ਤੋਂ ਸ਼ੁਰੂ ਕਰੋਗੇ ਤਾਂ ਹੀ ਕੱਲ੍ਹ ਤੁਹਾਡਾ ਸਿਲੈਕਸ਼ਨ ਉਹ ਪੋਸੀਬਲ ਹੋ ਪਾਏਗਾ। ਸੋ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿਓ। ਅਗਰ ਤੁਹਾਨੂੰ ਤਿਆਰੀ ਕਰਨ ਦੀ ਕੋਈ ਡਾਇਰੈਕਸ਼ਨ ਨਹੀਂ ਮਿਲ ਰਹੀ ਹੈਗੀ ਤਾਂ ਤੁਸੀਂ ਇੰਜੀਨੀਅਰਸ ਕੈਟੇਗਰੀ ਨਾਲ ਜੁੜੋ। ਆਨਲਾਈਨ ਬੈਚਿਸ, ਆਫਲਾਈਨ ਬੈਚਿਸ ਜਿਹੜੇ ਹੈਗੇ ਉਹ ਅਵੇਲੇਬਲ ਹੈਗੇ ਨੇ। ਆਨਲਾਈਨ ਜਿਹੜੀ ਕਲਾਸਿਸ ਹੁੰਦੀਆਂ ਨੇ ਉਹ ਅਰਲੀ ਮਾਰਨਿੰਗ, ਲੇਟ ਈਵਨਿੰਗ ਹੁੰਦੀਆਂ ਨੇ। ਜਿਹੜੀਆਂ ਆਫਲਾਈਨ ਕਲਾਸਿਸ ਨੇ ਉਹ ਸੈਕਟਰ 34 ਚੰਡੀਗੜ੍ਹ ਵਿੱਚ ਅਵੇਲੇਬਲ ਹੈਗੀਆਂ। ਸੋ ਜਿਹੜੇ ਵੀ ਬੱਚੇ ਆਨਲਾਈਨ ਜਾਂ ਆਫਲਾਈਨ ਕੋਰਸ ਕਰਨਾ ਚਾਹੁੰਦੇ ਹੈਗੇ ਨੇ, ਸਾਡੇ ਹੈਲਪਲਾਈਨ ਨੰਬਰ 1800120-1272 ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੈਗੇ ਨੇ। ਫਰਦਰ PEE ਜੇਈ ਨਾਲ ਰਿਲੇਟਡ ਤੁਹਾਡੇ ਜਿਹੜੇ ਵੀ ਡਾਊਟ ਰਹਿਣਗੇ ਉਹਨਾਂ ਨੂੰ ਕਲੀਅਰ ਮੈਂ ਵੀਡੀਓ ਥਰੂ ਕਰਦਾ ਰਹੂੰਗਾ। ਸੋ ਇਸ ਚੈਨਲ ਦੇ ਬਣੇ ਰਹੋ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦਿਓ, ਬਿਕੋਜ਼ ਬਹੁਤ ਸਾਰੇ ਬੱਚੇ ਮੈਨੂੰ ਕੱਲ੍ਹ ਦੇ ਮੈਸੇਜ ਕਾਲ ਕਰ ਰਹੇ ਆ ਕਿ ਸਰ ਇਹ ਸਾਡੇ ਨਾਲ ਕਿਆ ਹੋ ਗਿਆ, 70 ਵੈਕੈਂਸੀ ਤਾਂ ਆ ਗਈਆਂ ਹੈਗੀਆਂ, ਹੁਣ ਸਾਨੂੰ ਕਲੀਅਰ ਹੀ ਨਹੀਂ ਹੈਗਾ ਕਿਹੜੇ ਡਿਪਾਰਟਮੈਂਟ ਦੀਆਂ ਨੇ, ਕਿਹੜੇ ਬ੍ਰਾਂਚ ਇਹਦੇ 'ਚ ਐਲੀਜੀਬਲ ਹੋਏਗੀ, ਕਿਆ ਇਹ ਸਿਲੇਬਸ ਹੋਏਗਾ। ਸੋ ਮੈਂ ਤੁਹਾਨੂੰ ਇਹ ਗੱਲ ਇਸ ਵੀਡੀਓ ਥਰੂ ਕਲੀਅਰ ਕਰਤੀ ਹੈਗੀ ਆ। ਅੱਜ ਤੋਂ ਹੀ ਆਪਣਾ ਪੜ੍ਹਨਾ ਸ਼ੁਰੂ ਕਰ ਦਿਓ, ਆਪਣੀ ਸਟ੍ਰੀਮ ਦੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦਿਓ। ਜੇ ਅਗਰ ਸਿਵਲ ਦੇ ਹੋ, ਮਕੈਨੀਕਲ ਦੇ, ਇਲੈਕਟ੍ਰੀਕਲ ਦੇ ਹੋ, ਜਿਹੜੇ 80 marks ਦਾ ਪੇਪਰ ਆਉਣਾ ਹੈਗਾ ਉਹਦੀ ਤੁਹਾਡੀ ਸਟ੍ਰੀਮ ਦਾ ਸਿਲੇਬਸ ਆਉਣਾ, ਉਹਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਿਓ। ਸੋ ਫਰਦਰ ਅਗਰ ਤੁਸੀਂ ਕੋਈ ਵੀ ਜਾਣਕਾਰੀ PEE ਨਾਲ ਰਿਲੇਟਡ ਚਾਹੁੰਦੇ ਹੋ ਜਾਂ ਤੁਹਾਡੇ ਮਨ 'ਚ ਹੋਰ ਵੀ ਕੋਈ ਡਾਊਟ ਹੈਗੇ ਨੇ ਤਾਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਜਾ ਕੇ ਤੁਸੀਂ ਆਪਣੇ ਸਾਰੇ ਡਾਊਟ ਜਿਹੜੇ ਹੈ ਉਹ ਕਲੀਅਰ ਮੇਰੇ ਤੋਂ ਕਰ ਸਕਦੇ ਹੈਗੇ ਹੋ। ਫਰਦਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਾਉਂਸਲਿੰਗ ਚਾਹੀਦੀ ਹੈਗੀ ਹੈ ਤਾਂ ਤੁਸੀਂ ਸੈਕਟਰ 34 ਚੰਡੀਗੜ੍ਹ ਆ ਕੇ ਮੇਰੇ ਤੋਂ ਪਰਸਨਲੀ 1-to-1 ਵੀ ਆਪਣੇ ਸਾਰੇ ਡਾਊਟ ਜਿਹੜੇ ਹੈ ਉਹ ਕਲੀਅਰ ਕਰ ਸਕਦੇ ਹੈਗੇ ਹੋ। ਸੋ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਜਲਦੀ ਮਿਲਾਂਗੇ। ਥੈਂਕ ਯੂ ਵੈਰੀ ਮਚ।